ਲੁਧਿਆਣੇ ਟਿੱਬਾ ਰੋਡ ਸਥਿਤ ਵਾਰਡ ਨੰਬਰ 9 ਦੇ ਅਧੀਨ ਆਉਂਦੇ ਇਲਾਕੇ ਸੰਧੂ ਇਨਕਲੇਵ ਦੇ ਵਿੱਚ ਗੰਦਾ ਪਾਣੀ ਭਰਨ ਅਤੇ ਬਿਮਾਰੀ ਫੈਲਣ ਤੇ ਹੋਰ ਪਰੇਸ਼ਾਨੀ ਦੇ ਚੱਲਦਿਆਂ ਸਥਾਨਕ ਲੋਕਾਂ ਵੱਲੋਂ ਕੌਂਸਲਰ ਹੈਪੀ ਸੰਧੂ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਦੀ ਮੰਗ ਸੀ ਕਿ ਕਲੋਨੀ ਦੇ ਵਿਕਾਸ ਕਾਰਜ ਪਿਛਲੇ ਕਾਫੀ ਸਾਲਾਂ ਤੋਂ ਰੁਕੇ ਹੋਏ ਨੇ, ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਧਰ ਇਸ ਸਬੰਧੀ ਦਾ ਕੌਂਸਲਰ ਨਾਲ ਗੱਲ ਕੀਤੀ ਤਾਂ ਕਹਿ ਕੇ ਕਲੋਨੀ ਹੁਣ ਆਥੋਰਾਈਜ਼ਡ ਹੈ ਅਤੇ ਇਸਦਾ ਹੁਣ ਕੰਮ ਚੱਲ ਰਿਹਾ। ਪਿਛਲੇ ਕੌਂਸਲਰ ਦੇ ਵੱਲੋਂ ਇਸਦਾ ਕੋਈ ਕੰਮ ਨਹੀਂ ਕਰਵਾਇਆ ਗਿਆ, ਜਿਸ ਕਾਰਨ ਇਹ ਪਰੇਸ਼ਾਨੀਆਂ ਆ ਰਹੀਆਂ ਨੇ। ਮੈਂ ਬਾਲਕ੍ਰਿਸ਼ਨ ਤਿਵਾਰੀ, ਇਹ ਵਾਰਡ ਨੰਬਰ 9 ਸੰਧੂ ਇਨਕਲੇਵ ਦੇ ਵਿੱਚ ਅਸੀਂ ਖੜੇ ਹਾਂ। ਇਹ ਪ੍ਰਸ਼ਾਸਨ ਦੀ ਨਲੈਕੀ ਹੈ ਕਿ ਪਿਛਲੀ 23 ਮਾਰਚ 2019 ਨੂੰ ਸੰਜੇ ਤਲਵਾਰ ਜੀ ਨੂੰ ਇਸ ਵਾਰਡ ਦੇ ਵਿੱਚ ਇਸ ਕਲੋਨੀ ਦੇ ਵਿੱਚ ਬੁਲਾਇਆ ਗਿਆ ਸੀ। ਸ਼ਹੀਦੀ ਦਿਹਾੜਾ ਸੀਗਾ, ਸ਼ਹੀਦਾਂ ਨੂੰ ਨਮਨ ਕੀਤਾ। ਉਸ ਤੋਂ ਬਾਅਦ ਸੰਜੇ ਤਲਵਾਰ ਜੀ ਨੇ ਕਿਹਾ, ਜਿਹੜੇ ਸਾਡੇ ਸਾਰੇ MLA ਨੇ, ਉਹਨਾਂ ਨੇ ਕਿਹਾ ਕਿ ਇਹ ਤੁਹਾਡਾ ਜੱਜ ਦਾ 1 ਸਾਲ ਦੇ ਅੰਦਰ ਤੁਹਾਡਾ ਕੰਮ ਹੋ ਜਾਏਗਾ, ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਅਗਲੇ ਸ਼ਹੀਦੀ ਦਿਹਾੜੀ ਅਸੀਂ ਆਵਾਂਗੇ ਅਤੇ ਮਹੱਲਾ ਬਿਲਕੁਲ ਸਵਰਗ ਦੀ ਤਰ੍ਹਾਂ ਬਣਿਆ ਹੋਏਗਾ। ਪਰੰਤੂ ਕੁਛ ਨਹੀਂ ਹੋਇਆ, ਉਸ ਤੋਂ ਲੋਕਡਾਊਨ ਲੱਗ ਗਿਆ। ਉਸ ਤੋਂ ਹੈਪੀ ਰੰਧਾਵਾ ਜੀ ਮੈਨੂੰ ਮਿਲੇ ਜੁਲਾਈ ਦੇ ਵਿੱਚ, ਸਾਵਣ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਤਿਵਾੜੀ ਸਾਹਿਬ ਫਾਈਲਾਂ ਮੇਰੀਆਂ ਪਾਸ ਹੋ ਗਈਆਂ, ਮੈਂ ਜੱਜ ਦਾ 15-20 ਦਿਨਾਂ 'ਚ ਕੰਮ ਸ਼ੁਰੂ ਹੋ ਜਾਏਗਾ, ਇਹ ਮਹੀਨੇ ਡੇਢ ਮਹੀਨੇ ਦੀ ਕਲੋਨੀ ਬਣ ਕੇ ਕੰਪਲੀਟ ਹੋ ਜਾਏਗੀ। ਪਰ ਅੱਜ ਫਿਰ ਇਹ ਕਰੀਬਨ ਗੱਲ ਨੂੰ 2 ਸਾਲ ਹੋ ਗਏ ਆ, ਹਾਲੇ ਤੱਕ ਹੈਪੀ ਰੰਧਾਵਾ ਜੀ ਪਿਛਲੇ ਦਿਨ ਮਿਲੇ, ਉਹਨਾਂ ਨੇ ਫਿਰ ਇਹ ਕਿਹਾ ਕਿ ਇਹ ਕਲੋਨੀ ਕਲੀਅਰ ਹੋ ਚੁੱਕੀ ਹੈ, ਤੁਹਾਡੀ ਬਹੁਤ ਜਲਦੀ ਕਲੋਨੀ ਡਿਵੈਲਪਮੈਂਟ ਹੋ ਜੂਗੀ। ਪਰ ਹਾਲ ਤੁਸੀਂ ਦੇਖ ਰਹੇ ਹੋ, ਨਰਕ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਹੇ ਹਾਂ, ਲੋਕ ਡਿੱਗ ਰਹੇ, ਸੱਟਾਂ ਲੱਗ ਰਹੀਆਂ ਵੈ, ਪੂਰੇ ਇਲਾਕੇ ਦਾ ਬੁਰਾ ਹਾਲ ਹੈ। ਇਹ ਸੁੱਤਾ ਹੋਇਆ ਪ੍ਰਸ਼ਾਸਨ ਜਾਗ ਜਾਵੇ, ਅੱਜ ਛੋਟਾ ਧਰਨਾ ਵੈ, ਇਹ ਨਾ ਹੋਵੇ ਕਿ ਮੇਅਰ ਦਾ ਔਰ MLA ਦਾ ਔਰ ਮੁੱਖ ਮੰਤਰੀ ਤੱਕ ਦੀ ਕੋਠੀ ਘੇਰਨੀ ਪਵੇ ਤਾਂ ਅਸੀਂ ਤਿਆਰ ਹਾਂ, ਇਹਦਾ ਜਲਦ ਤੋਂ ਜਲਦ ਪ੍ਰਸ਼ਾਸਨ ਹੱਲ ਕਰਾਵੇ। ਮੇਰਾ ਨਾਮ ਇਸ਼ਤਿਖਾਰ ਅਲੀ ਬਿੱਲਾ ਹੈ ਜੀ, ਸਾਨੂੰ ਬਰਕਤ ਅਲੀ। ਸਾਡੀ ਆਪਣਾ ਸਮੱਸਿਆ ਹੈਗੀ ਸੰਧੂ ਇਨਕਲੇਵ ਵਾਰਡ ਨੰਬਰ 9, ਹੈਪੀ ਰੰਧਾਵਾ ਕੌਂਸਲਰ ਹੈ ਜੀ। ਅਤੇ ਇਹ ਪਿਛਲੇ 5 ਸਾਲਾਂ ਤੋਂ ਸਾਨੂੰ ਲਾਰੇ ਲਾ ਰਿਹਾ ਜੀ, ਤੁਹਾਡੀ ਕਲੋਨੀ ਹੁਣ ਬਣਾ ਦਾਂਗੇ, ਹੁਣ ਬਣਾ ਦਾਂਗੇ। ਇੱਥੇ ਨਾ ਤਾਂ ਕੋਈ ਸਾਨੂੰ ਇਹਨਾਂ ਨੇ ਕੋਈ ਕਲੋਨੀ ਬਣਵਾਈ ਹੈ, ਨਾ ਕੋਈ ਗਲੀਆਂ ਬਣਵਾਈਆਂ, ਨਾ ਕੋਈ ਸੀਵਰੇਜ ਦੀ ਸਮੱਸਿਆ ਹੱਲ ਕੀਤੀ ਹੈ, ਨਾ ਕੋਈ ਪਾਣੀ ਦੀ ਸਮੱਸਿਆ ਕੀਤੀ ਹੈ, ਨਾ ਹੀ ਕੋਈ ਇਹਨਾਂ ਨੇ ਲਾਈਟਾਂ ਲਵਾਈਆਂ ਨੇ। ਸਭ ਤੋਂ ਵੱਡੀ ਗੱਲ ਹੈਗੀ ਕਲੋਨੀ 'ਚ ਇੰਨਾ ਜ਼ਿਆਦਾ ਗੰਦ ਪਿਆ ਹੋਇਆ, ਬੰਦਾ ਘਰੋਂ ਨਹੀਂ ਨਿਕਲ ਸਕਦਾ, ਕੋਈ ਉਹਨਾਂ ਰਿਸ਼ਤੇਦਾਰ ਉੱਥੇ ਨਹੀਂ ਆ ਸਕਦਾ। ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜਾ ਅਸੀਂ ਜ਼ਿੰਦਗੀ ਨਰਕ ਵਾਲੀ ਜ਼ਿੰਦਗੀ ਜੀ ਰਹੇ ਹਾਂ ਸੰਧੂ ਇਨਕਲੇਵ ਦੇ ਵਿੱਚ। ਇਹ ਸਾਰਾ ਸਰ 800 ਕਰੋੜ ਦਾ ਇਹਨਾਂ ਨੇ ਲਏ ਸੀ, ਬੋਰਡ ਲਾਏ ਸੀ ਕਿ 800 ਕਰੋੜ ਹਲਕਾ ਪੂਰਬੀ ਨੂੰ ਦਿੱਤਾ ਹੈ ਜੀ। 800 ਕਰੋੜ 'ਚ ਮੈਂ ਕਿਹਾ 1-2 ਕਰੋੜ ਵੀ ਸਾਡੀ ਕਲੋਨੀ ਨੂੰ ਲੱਗ ਜਾਂਦਾ ਨਾ, ਅਤੇ ਅਸੀਂ ਨਾ ਇਹਨਾਂ ਦੀ ਬੱਲੇ ਬੱਲੇ ਕਰਕੇ ਰੱਖਣੀ ਸੀ। ਬਟ ਪਿਛਲੇ 5 ਸਾਲਾਂ ਤੋਂ ਸਾਨੂੰ ਮਿੱਠੀ ਗੋਲੀਆਂ, ਹਾਂਜੀ ਤੁਹਾਡਾ ਕੰਮ ਅੱਜ ਹੋ ਰਿਹਾ, ਤੁਹਾਡਾ ਕੰਮ ਅੱਜ ਹੋ ਰਿਹਾ, ਪਰ ਕੰਮ ਕੋਈ ਨਹੀਂ ਹੋਇਆ। ਇਹਨਾਂ ਵਾਰਡ ਨੰਬਰ 9 'ਚ ਇੱਕ ਸੰਧੂ ਇਨਕਲੇਵ ਪੈਂਦੀ, ਜਿਹੜੀ ਕਿ 2006 ਦੇ ਵਿੱਚ ਕੱਟੀ ਗਈ ਸੀ। ਜਿਹੜਾ ਉਸ ਟਾਈਮ ਕਲੋਨਾਈਜ਼ਰ ਸੀਗਾ, ਉਹਨੇ ਕਾਰਪੋਰੇਸ਼ਨ ਦੀ ਪੇਮੈਂਟ ਨਹੀਂ ਕਰਾਈ, ਇਸ ਕਰਕੇ ਅਨਡਿਕਲੇਅਰ ਕਲੋਨੀ ਹੈ। ਇਹ ਜਿਹੜੇ ਪਹਿਲੇ ਕੌਂਸਲਰ ਰਹੇ ਆ, ਉਹਨਾਂ ਨੇ ਇਹਨਾਂ ਪਤਾ ਨਹੀਂ ਕਿਉਂ ਨਹੀਂ, ਇਸ ਕਿਸ ਕਾਰਨ, ਜਾਂ ਤਾਂ ਪੈਸੇ ਖਾ ਗਏ ਜਾਂ ਕੁਛ ਕਰ ਗਏ, ਉਹਨਾਂ ਨੇ ਡਿਕਲੇਅਰ ਹੀ ਨਹੀਂ ਕਰਾਇਆ ਜੀ। ਇਸ ਕਰਕੇ ਵਿਚਾਰੇ ਜਿਹੜੇ ਭੋਲੇ ਭਾਲੇ ਲੋਕ ਆ ਜਿਹੜੇ ਉਸ ਟਾਈਮ ਰਹਿ ਰਹੇ ਆ, ਬਹੁਤ ਹੀ ਚਿੱਕੜ ਭਰੀ ਔਰ ਬਹੁਤ ਹੀ ਮੱਛਰ ਭਰੀ ਜ਼ਿੰਦਗੀ ਜੀ ਰਹੀ ਸੀ। ਇਸ ਕਰਕੇ ਵਿਚਾਰੇ ਉਹ ਮੇਰੇ ਕੋਲ ਪਹੁੰਚੇ, ਉਹਨਾਂ ਨੇ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਵੀ ਇਹ ਜਿਹੜੀ ਕਲੋਨੀ ਪਾਸ ਜਿੰਨਾ ਚੱਕ ਨਹੀਂ ਹੋਈ, ਉਹਨਾਂ 'ਚ ਇੱਕ ਜਿਹੜਾ ਕੌਂਸਲਰ ਆ ਇੱਕ ਪੈਸਾ ਵੀ ਨਹੀਂ ਲਾ ਸਕਦਾ। ਇਸ ਕਰਕੇ ਮੈਂ ਉਹਨਾਂ ਨੂੰ ਇਹ ਦੱਸਤਾ ਵੀ ਅੱਜ ਜਿਹੜੇ ਉਹਨਾਂ ਦੀਆਂ ਫਾਈਲਾਂ ਮੇਰੇ ਕੋਲ ਪਈਆਂ ਨੇ, ਜਿਹੜੀਆਂ ਕਿ ਮੈਂ ਜਿਹੜੀਆਂ ਕਿ ਉਹਨਾਂ ਦੀ ਕਲੋਨੀ ਡਿਕਲੇਅਰ ਕਰਾਉਣ ਜਾ ਰਿਹਾ, ਬਹੁਤ ਜਲਦ ਹੀ ਡਿਕਲੇਅਰ ਹੋ ਜਾਏਗੀ। ਤਕਰੀਬਨ ਹਰ ਚੀਜ਼ ਬਣ ਚੁੱਕੀ ਹੈ, 1-2 ਸਾਈਨ ਰਹਿੰਦੇ, ਉਸ ਤੋਂ ਬਾਅਦ ਇਹ ਜਿਹੜੀ ਕਲੋਨੀ ਪਾਸ ਹੋ ਜਾਏਗੀ, ਉਸ ਤੋਂ ਬਾਅਦ ਉਹਨੂੰ ਮੈਂ ਡਿਕਲੇਅਰ ਕਰਾ ਕੇ ਅਤੇ ਕੰਮ ਸਟਾਰਟ ਕਰਾ ਦੇਵਾਂਗਾ। ਲੁਧਿਆਣਾ ਲਾਈਵ ਲਈ ਹਨੀ ਕੁਮਾਰ ਦੀ ਰਿਪੋਰਟ।